ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਮੂਸੇ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਤੋਂ 15-16 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਪਿੰਡ ਮੂਸੇ ਦੀ, ਅਤੇ ਝਬਾਲ ਤੋਂ ਤਕਰੀਬਨ ਕੋਈ ਦੋਸਤੋ 8-7 ਕਿਲੋਮੀਟਰ ਦੀ ਦੂਰੀ ਆ। ਅਤੇ ਗੱਗੋ ਬੂਹਾ ਪਿੰਡ ਬਿਲਕੁਲ ਨਜ਼ਦੀਕ ਆ, ਸੁਰ ਸਿੰਘ ਪਿੰਡ ਥੋੜ੍ਹੀ ਦੂਰੀ 'ਤੇ ਆ। ਭਿੱਖੀ ਪਿੰਡ ਤੋਂ ਜਿਹੜੀ ਸੜਕ ਦੋਸਤੋ ਝਬਾਲ ਵਾਇਆ ਅੰਮ੍ਰਿਤਸਰ ਨੂੰ ਜਾਂਦੀ ਆ, ਇਸੇ ਸੜਕ ਦੇ ਉੱਪਰ ਪਿੰਡ ਮੂਸੇ ਆਉਂਦਾ। ਸੁਰ ਸਿੰਘ ਤੋਂ ਅੱਗੇ ਜਿਹੜਾ ਦੋਸਤੋ ਪਿੰਡ ਮੂਸੇ ਆ, ਬਿਲਕੁਲ ਆਪੋਜ਼ਿਟ ਪਿੰਡ ਦੇ ਸ਼ਿਸ਼ਰੇਵਾਲ ਆ। ਅਤੇ ਗੱਗੋ ਬੂਹੇ ਦੀ ਦੂਰੀ ਕੋਈ 2-2.5 ਕਿਲੋਮੀਟਰ ਦੀ ਹੈਗੀ ਆ। ਵੀਰ, ਹੀਰੇ ਦੇ ਕੋਲ ਆਇਆ ਦੋਸਤੋ, ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ, ਇਸ ਕਿੱਲੇ ਤੋਂ ਤੁਹਾਨੂੰ ਕਾਫੀ ਪਸ਼ੂ ਦਿਖਾਏ ਆ। ਸੇਲ ਪਰਚੇਜ ਦਾ ਕੰਮ ਕਰਦਾ ਵੀਰ, ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰੇ। ਅੱਜ ਇਸ ਕਵਰੇਜ ਵਿੱਚ ਟੋਟਲ 4 ਐਨੀਮਲ ਤੁਹਾਨੂੰ ਦਿਖਾਉਣੇ ਆ। ਦੋ ਵੜਾਂ ਜਿਹੜੀਆਂ ਦੋਸਤੋ ਗੱਬਣ ਦਿਖਾਵਾਂਗੇ ਤੁਹਾਨੂੰ, ਅਤੇ ਦੋ ਸੂਈਆਂ ਨੇ। ਰੇਟ ਪੜਤਾ ਹਰ ਵਾਰ ਦੀ ਤਰ੍ਹਾਂ ਵੈਸੇ ਜਾਇਜ਼ ਅਤੇ ਜੈਨੂਨ ਰੇਟ ਰਹਿਣ ਵਾਲੇ ਆ। ਬਾਕੀ ਐਨੀਮਲ ਜਿਹੜਾ ਵੀ ਕਿਸੇ ਵੀਰ ਖਰੀਦਦਾਰ ਨੂੰ ਪਸੰਦ ਆਊਗਾ, ਉਹਦੀ ਵਿਸ਼ੇਸ਼ ਤੌਰ 'ਤੇ ਨਰਕ ਪਰਖਾ ਤਸੱਲੀ ਆ, ਉਹ ਤੁਸੀਂ ਘਰ ਆਣ ਕੇ ਕਰ ਲਿਓ, ਠੀਕ ਆ ਜੀ। ਗੱਬਣ ਦਾ ਕੋਈ ਵੀਰ ਲੈ ਕੇ ਜਾਂਦਾ ਪਸ਼ੂ, ਟਿੱਪ ਕੇ ਅਤੇ ਸਵੇ ਸਵਾਏ ਪਸ਼ੂ ਨੂੰ 1 ਟਾਈਮ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ। ਅੱਜ 2 ਅਗਸਤ ਆ ਦੋਸਤੋ ਤਰੀਕ, ਤੁਸੀਂ ਨੋਟ ਕਰ ਲਓ, ਸਮਾਂ ਕੋਈ ਸ਼ਾਮ ਦੇ 4 ਵਜੇ ਦਾ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਹੀਰੇ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਠੀਕ ਠਾਕ ਵੀਰੇ? ਹਾਂ ਵਧੀਆ ਵਧੀਆ ਬਾਈ। ਹੀਰੇ ਵੀਰ ਆਈ ਜਾਈ ਜਾਂਦੇ ਆ ਪਸ਼ੂ ਇਸੇ ਤਰ੍ਹਾਂ? ਹਾਂਜੀ ਹਾਂਜੀ, ਕਿਰਪਾ ਰੱਬ ਦੀ, ਕੋਈ ਆ ਗਈਆਂ ਕੋਈ ਚਲ ਗਈਆਂ। ਠੀਕ ਹੈ ਜੀ। ਹਾਂਜੀ ਹਾਂਜੀ, 5-4 ਨਗ ਮਤਲਬ ਵੀ ਆਪਣੇ ਕੱਲ ਕੋਲ ਛੇ ਪੱਕੇ ਸੀ, ਹੁੰਦੇ ਆ ਖੜੇ? ਦੋ ਵਿੱਚ ਵਿਕ ਗਈਆਂ ਸੀ, ਕੱਲ ਹੈਗੀਆਂ ਦੋ ਹੋਰ ਹੀ ਵੱਧ। ਅੱਛਾ ਜੀ। ਹਾਂ, ਟੁੱਕੀਆਂ ਜਾਵਾਂ। ਠੀਕ ਹੈ ਜੀ, ਦੋਵੇਂ ਵਿਕ ਗਈਆਂ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ, ਜੈਜ ਭਾਅ ਪਾਈਏ ਤੇ ਜੈਜ ਵਿਕ ਜਾਂਦੀਆਂ। ਵਿਕ ਜਾਂਦੇ ਆ। ਹਾਂਜੀ, ਸੋ ਪੜਤਾ ਪੁੜਤਾ ਦੋਸਤੋ ਪਹਿਲਾਂ ਵੀ ਜੈਜ ਹੀ ਹੁੰਦਾ, ਬਾਕੀ ਅੱਜ ਵੀ ਜਿੰਨਾ ਹੋ ਸਕਦਾ ਬਿਲਕੁਲ ਜੈਜ ਹੀ ਮੁੱਲ ਕਰਾਵਾਂਗੇ ਹੀਰੇ ਤੋਂ, ਵੀ ਤਾਂ ਜੋ ਦੋਸਤੋ ਕਿਸੇ ਵੀਰ ਨੇ ਬਿਲਕੁਲ ਖਰੀਦਣਾ ਪਸ਼ੂ ਤੇ ਸਮਝ ਵਿੱਚ ਤੁਹਾਡੇ ਆ ਜਾਈਏ। ਠੀਕ ਆ ਹੀਰੇ, ਇੱਥੋਂ ਸ਼ੁਰੂਆਤ ਕਰ ਲੈਂਦੇ ਆ ਹਾਂਜੀ ਪਹਿਲੇ ਨੰਬਰ ਤੋਂ। ਹਾਂਜੀ ਇਹ ਸੂਆ ਕਿਨਵਾ ਸੁੰਦੀ ਗਾਂ ਅੱਗੇ? ਇਹ ਤੀਜਾ ਸੂਈ ਆ। ਸੂਈ ਆ? ਹਾਂ, ਤੀਜਾ ਸੂਈ ਸੂਈ ਆ ਦੋਸਤੋ। ਤੇ ਦਿਨ ਕਿੰਨੇ ਹੋ ਗਏ ਆ? ਅੱਜ 5 ਦਿਨ ਹੋ ਗਏ ਸੂਈ ਨੂੰ। 5 ਕੁ ਦਿਨ ਹੋ ਗਏ ਆਪਣੇ ਤੋਂ ਸੂਈ ਹੈਗਾ। ਆਪਣੇ ਘਰੇ ਇੱਥੇ ਸੂਈ ਆ? ਸੂਈ ਆ, ਜੇਰ ਦੀ ਵੀਡੀਓ ਬਣਾਈ ਆ। ਅੱਛਾ ਜੀ। ਹਾਂਜੀ ਹਾਂਜੀ, ਠੀਕ ਹੈ ਜੀ। 5 ਹੀ ਹੋਏ ਕਿ ਜਾਂ ਥੋੜੇ ਬਹੁਤੇ ਵੱਧ ਵੀ? ਆਪਾਂ 5 ਹੋ ਗਏ, ਪੂਰੇ 5 ਹੋ ਗਏ। 5 ਹੋ ਗਏ ਜਾਂ 6 ਹੋ ਗਏ, ਇੱਥੇ ਹੋ ਗਏ ਹੋਣਗੇ ਹਫਤੇ ਦੇ ਅੰਦਰ ਬਾਹਰ ਹੀ ਆ। ਹਾਂ, ਅੰਦਰ ਅੰਦਰ ਤੇ ਦੁੱਧ ਹੁਣ ਬੌਲੇ ਤੋਂ ਬਾਹਰ ਆ ਗਈ ਹੈ ਕਰਮਾਂ ਵਾਲੀ। ਦੁੱਧ ਆ, ਦੁੱਧ ਕਿੰਨਾ ਕੁ ਹੋਊਗਾ? ਦੁੱਧ ਹੁਣ ਵੱਧ, ਚੱਲ ਹੌਲੀ ਹੌਲੀ ਵਧੀ ਜਾਂਦੀ ਹੈ। 14 ਲੀਟਰ ਹੁਣ ਠੰਡਾ ਹੋਏਗਾ। 14 ਲੀਟਰ? ਹਾਂ, 14 ਲੀਟਰ ਠੰਡਾ ਹੋਏਗਾ। ਤਾਂ ਦੱਸੋ, 14 ਲੀਟਰ ਹਫਤੇ ਦੀ ਕੋਈ ਵੀਰ ਮੰਨ ਲਈ, ਹਫਤੇ ਦੀ ਸੂਈ ਥੱਲੇ 14 ਲੀਟਰ? ਦੋ ਡੰਗ ਚੋਵੇ, 3 ਚੋਵੇ, ਕੋਈ ਗੱਲ ਖੁੱਲੀ ਚੋਲੇ ਭਾਵੇਂ। ਠੀਕ ਹੈ ਜੀ। ਹਾਂਜੀ, ਦੱਸੋ ਅੱਗੇ ਕਿਸੇ ਵੀਰ ਦੀ ਉਹ ਪੋਜ ਜਾ, ਠੀਕ ਹੈ ਜੀ, ਇੱਥੇ ਵਿਜ਼ਿਟ ਕਰਨ ਤੇ ਬੰਦਾ 1 ਟਾਈਮ ਚਲੋ, 2 ਟਾਈਮ ਚਲੋ, ਨੇੜੇ ਬੰਨੇ ਵਾਲੇ ਵੀਰ। ਤੇ ਫਿਲਹਾਲ ਆਹ ਥਾਣ ਹੈਗਾ ਦੋਸਤੋ ਬਹਿਣੀ ਵਾਲੀ ਸਾਈਡ, 4 ਥਾਣਾ, ਬਾਕੀ ਹਵਾਨਾ ਜਿਹੜਾ ਲੇਵਾ ਹਵਾਨਾ ਉਹ ਤੁਸੀਂ ਵੇਖ ਸਕਦੇ ਹੋ, ਕਾਫੀ ਖਿਲਾਰ ਦੇ ਵਿੱਚ ਆ। ਠੀਕ ਆ ਜੀ, ਫਿਰ ਇਹ ਖੋਲ ਕੇ ਫਿਰ ਦਿਖਾਈਏ। ਮਗਰ ਬੱਚਾ ਜੀ ਨਾ ਜੀ? ਹਾਂ, ਮਗਰ ਬੱਚਾ ਜੀ। ਦੱਸੋ ਮਗਰ ਆਹ ਬੱਚਾ ਬੱਚਾ ਠੀਕ ਆ ਜੀ, ਆਹ ਕਰੋ ਜੀ। ਆਇਆ ਵੀ ਪੂਰੀ ਆ ਚੋਰ ਜਾਂ ਦੂਰੋਂ ਆਉਂਦਾ ਰਾਤ ਨੂੰ ਰਵੇ ਆਪਣੇ ਤੋਂ, ਹਾਂ, ਤੇ ਰਾਤ ਦੇ ਚੋਵੇ ਦਿਨੇ ਚੋਵੇ ਆਪਦੀ ਸਟੋਰੀ ਖੁੱਲੀ ਕਰੇ। ਇਹ ਨਹੀਂ ਸਬਦਾ ਕਰਕੇ ਚੋਣੀ ਆ, ਪਹਿਲੇ ਚੋਗੇ ਬਾਬੂ। ਦੱਸੋ ਇਹ ਵੀ ਖੁੱਲਾ ਸੱਦਾ ਪੱਤਰ ਆ ਵੀਰਾਂ ਦਾ, ਵੀ ਜਿੱਦਾਂ ਮਰਜ਼ੀ ਕੋਈ ਸਾਈ ਬੇਨਾ ਕਰਦਾ ਤਾਂ ਵੀ ਠੀਕ ਆ, ਅਦਰਵਾਈਜ਼ ਵੈਸੇ ਵੀ ਤੁਸੀਂ ਆਪਦੀ ਚੋ ਕੇ 2 ਟਾਈਮ ਵੇਖ ਕੇ ਵੀ ਕਿਸੇ ਭਰਾ ਨੇ ਖੜਨੀ ਆ, ਠੀਕ ਆ, ਲੈ ਕੇ ਜਾਣੀ ਆ, ਤੇ ਫਿਰ ਵੀ ਜਿਹੜਾ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਿਓ। ਤੇ ਆਹ ਜਿਹੜਾ ਦੋਸਤੋ ਰੰਗ ਪ੍ਰਿੰਟਾਂ ਵਿੱਚ ਹਵਾਨਾ ਚੱਡਾ ਤੁਸੀਂ ਆ ਦੇਖ ਲਓ, ਠੀਕ ਆ ਜੀ। ਕ੍ਰੋਸ ਇਹਨੇ ਗਰਮੀ ਘੱਟ ਬਣਾਉਣੀ। ਵੀਰੇ ਦੱਸਿਆ ਕਿੰਨਾ ਸਹੀ ਦਾ ਥੱਲੇ ਹੋਣਾ ਦੁੱਧ? 14 ਲੀਟਰ ਹੈਗਾ ਪੂਰਾ। 14? ਹਾਂਜੀ, ਚਵਾ ਦਾਂਗੇ ਜਿਹੜਾ ਆਪਾਂ ਭਾਂਡੇ 'ਚ ਪੈਣ ਦੀ ਗੱਲ ਕਰਦੇ ਆ। ਮੈਂ ਕੰਡੇ ਤੇ ਚਵਾ ਦਾਂਗੇ। ਕੱਲ ਨੂੰ ਇਹ ਨਹੀਂ ਹੈਗਾ ਵੀ 12 ਤੋਂ 17 ਤੋਂ ਆਪਣੇ ਆਪਾਂ ਕਿਲੋ ਘੱਟ ਭਾਜੀ ਦੱਸਿਆ ਹੈਗਾ 15 ਹੀ ਆ। ਠੀਕ ਆ। ਹਾਂਜੀ ਹਾਂਜੀ, ਦੱਸੋ 14 ਕਿਲੋ, ਵੈਸੇ 15 ਹੈ ਪਰ 14 ਕਿਲੋ ਮੇਰਾ ਵੀਰ ਕੋਈ ਚੋ ਕੇ ਆਪਦੀ 2 ਟਾਈਮ ਤਸੱਲੀ ਕਰ ਲੇ, ਠੀਕ ਆ ਜੀ। ਤੇ ਬਾਕੀ ਆ ਫੇਸ ਕੁਆਲਿਟੀ ਆ ਕ੍ਰੋਸ ਅੰਗ ਦੇ ਵਿੱਚ।
ਇਹਦੇ ਮੋਲੇ ਦਾ ਵੀਰੇ ਲੈਣ ਦੇਣ ਫਿਰ ਕੀ ਕਰਦੇ ਆ? ਇਹੋ ਜਿਹੀਆਂ 55-55 ਦੀਆਂ ਵੇਚਦੇ ਰਹੇ ਆ, ਹਾਂ 60 ਦੀਆਂ ਵੇਚਦੇ ਰਹੇ ਆ। ਅੱਜ ਮੁੱਲ ਰੱਖਣਾ ਜਾਇਜ਼ ਇਹਦਾ, ਹਾਂ 52,000 ਮੁੱਲ ਕੇ ਰੱਖਿਆ। ਨਹੀਂ ਲੈ ਦੇ ਕਰੀਏ ਆਪਾਂ, ਸਿੱਧੀ ਜੀ ਮੁੱਲ ਰੱਖਿਆ ਹੈਗਾ, ਹਾਂ ਨਾ ਜੀ ਗੱਲ ਕਰ ਦਈਏ। ਦੋ ਛੱਡ ਦਾਂਗੇ 50 ਚ ਸਿੱਧੀਆਂ ਗੱਲਾਂ। ਨਹੀਂ ਹਜੇ ਨਹੀਂ ਹੋਈਆਂ ਸਿੱਧੀਆਂ ਗੱਲਾਂ, ਛੱਡ ਦਾਂਗੇ, ਨਹੀਂ ਛੱਡ ਪਈਆਂ ਦਾਂਗੇ, ਗੱਲਾਂ ਨਹੀਂ ਵੀਰੇ ਹੋਈਆਂ, ਸਿੱਧੀਆਂ ਗੱਲਾਂ ਨਹੀਂ ਹੋਈਆਂ ਅੱਜ ਕਰੀਏ। 1,000 ਹੋਰ ਛੱਡ ਦਾਂਗੇ, ਹਾਂ ਹਾਂ 47 ਦੀ ਦੇ ਦਾਂਗੇ ਹਾਂ ਵੀਰ, ਭਾਵੇਂ 3 ਡੰਗ ਚੋਵੇ 4 ਚੋਵੇ, ਪੂਰ ਛੱਟੇ ਦੀ ਗਰੰਟੀ, ਉਥਾਨ ਬਾਅਦ ਘੱਟ ਦੀ ਗਰੰਟੀ ਇਹਦੀ। ਠੀਕ ਆ ਜੀ, ਹਾਂਜੀ ਤੁਸੀਂ ਦੱਸੋ ਧਾਰਾਂ ਮਰਾਉਣੀ ਆ ਸੰਤਾਲੀ ਉਹ ਵੀ ਹਜ਼ਾਰ ਮਰਾ ਦੀ ਹੋ ਦਾਂਗੇ ਜਾਊਗੀ, ਗੱਲ। ਠੀਕ ਆ ਜੀ, ਹਾਂ ਨਾ ਜਿਹੜੀ ਉਹ 47,000 ਦੀ ਇਹਨੇ ਹੋ ਜਾਊਗੀ। ਗਰਮੀ ਨਹੀਂ ਮਨਾਉਣੀ, ਇਹ ਕ੍ਰੋਸ ਆ ਗਈ ਸ਼ਾਹੀਵਾਲ 'ਚ। ਹਾਂਜੀ, ਤੇ ਗਰਮੀ ਗੁਰਮੀ ਤੇ ਵੈਸੇ ਹੁਣ ਵੀ ਕਾਫੀ ਗਰਮੀ ਪੈ ਰਹੀ ਹੈ, ਪਰ ਕੋਈ ਮਨਾ ਨਹੀਂ ਰਹੀਗੀ ਹਾਂਜੀ ਵੀ ਗਰਮੀ ਨਹੀਂ ਮਨਾਉਂਦੀ ਗੀ। ਹਾਂਜੀ ਇਹੋ ਜਿਹੜੀ ਦੋਸਤੋ ਇਹ ਨਸਲ ਬਰੀਡ ਆ, ਤੇ 47,000 ਦੀ ਮਿਲ ਜੂਗੀ। ਠੀਕ ਆ, ਸੋ ਸੈਕਿੰਡ ਨੰਬਰ ਤੇ ਹੀਰੇ ਵੀਰ ਇੱਧਰ ਜਿਹੜੀ ਆਪਣੇ ਕੋਲ ਆਹ ਬੈਡ ਖੜੀ ਹੈ, ਇਹ ਸ਼ਾਇਦ ਜਰਸੀ ਕ੍ਰੋਸ ਆ ਗਈ ਹੈ ਭਾਜੀ। ਹਾਂ ਹਾਂਜੀ, ਤਾਂ ਤੁਸੀਂ ਮੋਲੇ ਕ੍ਰੋਸ ਦਾ ਜਾਇਜ਼ ਰੱਖਣਾ ਅੰਗ ਦੇ ਵਿੱਚ ਆ, ਕ੍ਰੋਸ ਅੰਗ ਦੇ ਵਿੱਚ ਆ। ਇਹਨੂੰ ਅੱਜ ਕਿੰਨੇ ਕੁ ਦਿਨ ਹੋ ਗਏ? ਇਹਨੂੰ ਅੱਜ 5-6 ਦਿਨ ਹੋ ਹੀ ਗਏ ਵੱਛੀ ਆ, ਮਗਰ ਆਪਣੇ ਘਰੇ ਵੱਛੀ। ਸੂਈ ਹੈ ਵੀ। ਅੱਛਾ ਜੀ, ਹਾਂਜੀ ਹਾਂਜੀ, ਤਾਂ ਦੱਸੋ ਘਰੇ ਸੂਈਆਂ ਨੇ, ਇੱਥੇ ਸੂਈਆਂ ਤੁਹਾਨੂੰ ਉਦੋਂ ਮੈਂ ਪਿਛਲੀ ਵੀਡੀਓ ਆਖਿਆ ਸੀ। ਨਾੜੂਆ ਨਾਲ ਹੀ ਬੱਚੇ ਨੇ? ਹਾਂਜੀ, ਨਾੜੂ ਨਾਲ ਹੀ ਆ ਵੱਛੀ ਆ, ਮਗਰ ਵੱਛੀ ਆ ਗਈ ਆ। ਹਾਂ ਨਾੜੂ ਤਾਂ ਵੀ ਮਗਰ ਵੱਛੀ। ਠੀਕ ਆ ਜੀ, 5-6 ਦਿਨ ਹੋ ਗਏ ਇਹਨੂੰ ਵੀ, ਇਹਨੂੰ ਸੂਈ ਆ ਮਗਰ ਵੱਛੀ ਆ। ਫੀਮੇਲ ਕਾਫ ਆ ਦੋਸਤੋ ਇਸ ਵੈਡ ਦੇ ਦੁੱਧ ਲੈ ਕੱਚਾ ਹੈ ਦਾਲੇ। ਕਿੰਨਾ ਕਹੂਗਾ? ਇਹ 10 ਕਿਲੋ ਹੋਊਗਾ ਪੂਰਾ। 10 ਕਿਲੋ? ਹਾਂਜੀ ਹਾਂਜੀ। ਤੇ ਕਿਸੇ ਤਰ੍ਹਾਂ ਦਾ ਕੋਈ ਵੰਗਾ ਵੁੰਗਾ ਪਾਉਣ ਦੀ ਲੋੜ ਨਹੀਂ? ਲੋੜ ਨਹੀਂ, ਇਸ ਤਰ੍ਹਾਂ ਆਪਾਂ ਧਾਰਾਂ ਮਰਾ ਦਾਂਗੇ, ਕੋਈ ਚੱਕਰ ਦੇ ਵੰਗਾ ਉਹਨੂੰ ਨਾ ਪਾਉਣਾ ਨਾ ਇਹਨੂੰ ਪਾਉਣਾ। ਲਓ ਦੋਸਤੋ, ਕਿਸੇ ਤਰ੍ਹਾਂ ਦਾ ਕੋਈ ਵੰਗਾ ਰੱਸੀ ਨਹੀਂ ਆਣਾ, ਪਾਉਣ ਦੀ ਲੋੜ ਨਹੀਂ। ਹਾਂਜੀ ਹਾਂਜੀ ਭਾਜੀ, ਦੱਸ ਦਿਓ ਇੱਕ ਗੱਲ, ਉਹ ਜਮਾਂਦਰੂ ਹੀ ਆ ਗੁੰਮੀ ਜੀ, ਪਰਲੇ ਬੰਨੇ ਗੁੰਮੀ ਜੀ ਬਣੀ ਆ ਦੋਸਤੋ, ਪੇਟ ਵਾਲੇ ਪਾਸੇ, ਉਹ ਤੁਹਾਨੂੰ ਦਿਖਾਵਾਂਗੇ ਆਪਾਂ। ਠੀਕ ਆ ਜੀ, ਤੇ ਚੋਣ ਚਾਣ ਦੀ ਉਹ ਵੀ ਕਿੱਦਾਂ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਕੁਝ ਧਾਰਾਂ ਮਾਰ ਕੇ ਦਿਖਾ ਦਾਂਗੇ। ਆਹ ਦੇਖੋ, ਲੰਬੀ ਲੰਬੀ ਪੂਰੀ ਆ, ਵੇਲ ਵੂਲ ਸਪੈਸ਼ਲ ਆ, ਲੰਬੀ ਲੰਬੀ ਕਾਫੀ ਆ। ਠੀਕ ਆ ਜੀ, ਉੱਚੀ ਹਾਈਟ ਜਿਹੜੀ ਆ ਉਹ ਮੀਡੀਅਮ ਦੇ ਵਿੱਚ ਆ, ਬਾਕੀ ਹੈ ਪੂਰੀ ਗੋਲ ਆ। ਠੀਕ ਆ ਜੀ, ਇੱਧਰ ਇੱਕ ਸਾਈਡ ਤੋਂ ਤੁਸੀਂ ਵੇਖੋਗੇ, ਮੈਂ ਜ਼ਿਕਰ ਕਰ ਦੇਣਾ ਵਿੱਚ ਦੋਸਤੋ, ਨਾਲੇ ਦਿਖਾ ਦੇਣਾ। ਹੀਰੇ ਰੋਕੀ ਇੱਥੇ, ਉੱਥੇ ਡੱਕ ਲੈਣ, ਘੁਮਾ ਕੇ ਰੋਕ ਲਿਆ ਕੋਈ ਨਹੀਂ, ਉੱਥੇ ਰੋਕ ਲਿਆ। ਔਰ ਦੋਸਤੋ, ਇਹ ਜਮਾਂਦਰੂ ਵੀਰ ਦੱਸ ਰਿਹਾ ਵੀ ਇੱਕ ਸਾਈਡ ਤੇ ਜਿਹੜਾ, ਠੀਕ ਆ ਜੀ, ਗੁੰਮੀ ਜੀ ਬਣੀ ਹੋਈ ਆ, ਉਹ ਮੇਰਾ ਵੀਰ ਤੁਸੀਂ ਦੇਖ ਲਓ। ਠੀਕ ਹੈ, ਤਸੱਲੀ ਦੇ ਨਾਲ ਇਹ ਜਮਾਂਦਰੂ ਇਸ ਤਰ੍ਹਾਂ ਹੀ ਆ, ਪਾਣੀ ਬਾਣੀ ਨੇ ਕੁਝ ਇਸ ਤਰ੍ਹਾਂ ਹੀ ਮਾਸ ਗਿਆ ਹੀ ਆ। ਠੀਕ ਆ ਜੀ, ਹਾਂਜੀ ਹਾਂਜੀ, ਠੀਕ ਆ। ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਆ ਤੁਸੀਂ ਵੇਖੋ। ਠੀਕ ਆ ਜੀ, ਆਹ ਥਣ ਦੇ ਵਾ ਚਾਰੇ ਥਣ, ਸਪੇਸ ਵੰਡ, ਸਾਈਜ, ਮਿੱਥੀ ਬੈਰਲ, ਆ ਬਿਲਕੁਲ ਤੁਹਾਡੇ ਸਾਹਮਣੇ ਆ। ਵੀਰੇ ਕਿੰਨਾ ਦੁੱਧ ਦੱਸਿਆ ਸੀ ਵੀਰੇ? ਹਾਂਜੀ, ਕਿੰਨਾ ਦੁੱਧ ਦੱਸਿਆ? ਕੱਚਾ 10 ਕਿਲੋ ਹਲੇ ਕੱਚਾ ਦੁੱਧ ਹੈਗਾ। 10 ਕਿਲੋ? ਹਾਂਜੀ ਹਾਂਜੀ, ਠੀਕ ਹੈ ਜੀ। ਜਵਾਬ ਸਮਾ ਦੀਆਂ ਨੇ ਕੋਈ ਭੂਰ ਛੱਟ ਲੰਬਰ ਅੰਦਰ ਚਵਾਈ, ਭੂਰ ਛੱਟੇ ਦੀ ਗਰੰਟੀ ਹੋਊਗੀ, ਵੱਧ ਘੱਟ ਦੀ ਹੋਊਗੀ। ਠੀਕ ਆ ਹਾਂ ਵੀਰ, ਪਹਿਲੀ ਗੱਲ ਆ ਦੱਸਾਂ, ਰਾਤ ਚੋ ਦਿਨੇ ਚੋ ਆਪਣੇ ਤੋਂ ਖੁੱਲੀਆਂ ਚੋਗੇ ਫਿਰ ਸੌਦਾ ਕਰੋ। ਹਾਂ ਇਹ ਗੱਲ ਕਹਿੰਦੇ, ਖੁੱਲਾ ਡੰਗਰ ਕੋਈ ਚਵਾਉਂਦਾ ਨਹੀਂ ਆ, ਆਪ ਚਵਾਵਾਂਗੇ। ਠੀਕ ਆ, ਇਹ ਹੀਰੇ ਹੁੰਦੀ ਕਿੰਨੇ ਦੀ? ਹਾਂ ਨਾ ਜੀ ਆਪਾਂ ਗੱਲ ਕਰਨੀ, ਮੁੱਲ 40,000 ਕਰਦੇ ਆ। ਹਾਂ ਦੇ ਲੈ ਵਾਲੀ ਗੱਲ ਕਰੀਏ ਵੀ, ਜਿੱਥੇ ਤੱਕ ਆਪਾਂ ਮਤਲਬ ਕਿ ਸੌਦਾ ਕੋਈ ਵੀਰ ਕਰ ਲਵੇ ਤੇਰੇ ਨਾਲ, 37,000 ਦੀ ਦੇਣਾਂਗੇ ਜਾਇਜ਼ ਹੀ ਆ। 37,000 ਦੀ? ਹਾਂਜੀ ਹਾਂਜੀ, 37,000 ਦੀ ਦੇ ਦਾਂਗੇ। ਠੀਕ ਆ ਜੀ, ਹਾਂਜੀ ਹਾਂਜੀ, ਕੋਈ ਗੁੰਜਾਇਸ਼ ਹੈ ਕਿ ਕੱਢ ਦਈਏ? ਕੱਢ ਦਾਂਗੇ, ਹੋਰ ਕੱਢ ਦਾਂਗੇ, ਕੋਈ ਵੀਰ ਭਰਾ ਉਹ ਕੱਢ ਦਾਂਗੇ, ਫੋਨ ਕਰੇ ਹੋ ਜੂਗਾ, ਹੋਰ ਹੋਰ ਹੋ ਜੂਗਾ। ਤਾਂ ਦੱਸੋ ਹੋਰ ਮੁੱਲ ਆਪਾਂ ਜਾਇਜ਼ ਰੱਖਿਆ, ਹੋਰ ਵਿੱਚੋਂ ਹੋ ਜੂਗਾ ਥੋੜਾ ਬਾਦਾ, ਜਿੰਨੀ ਵੀ ਕੋਈ ਗੁੰਜਾਇਸ਼ ਹੋਈ ਉਹ ਜੀ ਗਾਂ ਦੀ ਆਪਾਂ ਡਿਮਾਂਡ ਕਰਨੀ ਆ, ਉਸ ਤਰ੍ਹਾਂ ਉਹਨਾਂ ਨੂੰ ਦੁੱਧ ਆ ਕੇ 18 ਕਿਲੋ ਦਿੰਦੀ ਰਹੀ ਉਹ ਪਹਿਲੇ ਨੰਬਰ ਵਾਲੀ। ਠੀਕ ਆ, ਹਾਂਜੀ ਹਾਂਜੀ, ਠੀਕ ਆ ਠੀਕ ਆ। ਆਪਾਂ ਗਾਰੰਟੀ ਨਹੀਂ ਕੋਈ ਦਿੰਦਾ, ਦੱਸਾਂ ਪਾਏ ਦਾ ਦੇਣਾ। ਹਾਂ ਚਲੋ, ਹੁਣ ਜਿਹੜਾ ਮੌਕੇ ਤੇ ਆਪਾਂ ਚਵਾ ਕੇ ਤੋਰਾਂਗੇ ਕਿਸੇ ਵੀਰ ਨੂੰ, ਹਾਂਜੀ ਇਹਦੇ ਉਹਦੇ ਪੈਸੇ ਇਹਦੇ ਲੈਣੇ ਆ। 15 ਕਿਲੋ ਦੱਸਿਆ, 14-15 ਕਿਲੋ ਦੱਸਿਆ। ਹਾਂ ਤੇ ਗਾਂ ਹੁਣ ਇਹ ਦੇ ਸਕਦੀ ਆ, ਰਾਜੀ ਆ, ਲਊ ਵਾਲੀ ਗਾਂ। ਹਾਂ ਲਊ ਪਤਾ ਲਈ ਆ। ਹਾਂ ਦਊਗਾ। ਤੇ ਪਸ਼ੂ ਦੋਸਤੋ ਇਹੋ ਜਿਹੇ ਨੇ, ਦੁੱਧ ਕੱਢਣਾ ਵੀ ਚਾਹੀਦਾ ਫਿਲਹਾਲ, ਆ ਜਿਹੜਾ ਭਾਂਡੇ 'ਚ ਪੈਂਦਾ ਉਹ ਤੁਹਾਨੂੰ ਦੱਸ ਦਿੱਤਾ ਵੀ 10 ਕਿਲੋ ਇਹਦੇ ਥੱਲੇ ਜਿਹੜਾ ਦੁੱਧ ਹਾਜ਼ਰ ਆ।
ਇਹ ਦੋਸਤੋ 37,000 ਦੀ ਤੁਹਾਨੂੰ ਮਿਲ ਜੂਗੀ। ਠੀਕ ਆ, ਉਹ ਤਾਂ ਠੰਡੀ ਆ, ਇਸ ਤਰ੍ਹਾਂ ਕੋਈ ਵੰਗਾ ਨਹੀਂ ਪਾਉਣਾ, ਕੋਈ ਵੰਗਾ ਵੁੰਗਾ ਪਾਉਣ ਦੀ ਰੱਸੀ ਲੋੜ ਨਹੀਂ ਯਾਰ। ਨਹੀਂ ਨਹੀਂ ਲੋੜ ਨਹੀਂ ਆ ਤੇ ਕਿਸੇ ਗਾਂ ਨੂੰ ਨਹੀਂ ਲੋੜ, ਇਸ ਤਰ੍ਹਾਂ ਬਹਿ ਜਾਣਾ। ਲਓ ਵੀ ਦੋਸਤੋ, ਠੀਕ ਆ ਜੀ, ਲਾ ਗਈ ਥਣਾ ਜੇ ਧਾਰਾਂ, ਤੁਹਾਨੂੰ ਦੱਸ ਦਿੰਦੇ ਇੱਧਰ ਵੇਖਿਓ। ਲਓ ਵੀ ਦੋਸਤੋ, ਤੇ ਦੋ ਦੋ ਚਾਰ ਚਾਰ ਧਾਰਾਂ ਵੀ ਹੀਰੇ ਨਾਲ ਹੀ ਮਾਰਦੇ, ਆ ਮੂੰਹ ਮਾਰਿਆ ਇਹਨੇ ਮੱਛੀ ਨੇ ਅੱਗੇ। ਲਓ ਜੀ, ਚਵਾਈ ਪੂਰੀ ਆ, ਮੋਟੀ ਉਂਗਲ ਉਂਗਲ ਜਿੱਡੀ ਧਾਰ ਆ ਦੋਸਤੋ। ਹਾਂਜੀ, ਠੀਕ ਆ ਜੀ, ਆ ਲਓ ਚਵਾਈ ਪੂਰੀ ਆ, ਬਹੁਤ ਵਧੀਆ ਚਵਾਈ ਆ, ਮੋਟੀ ਧਾਰ ਤੇ 37,000 ਦੀ ਇਹ ਦੋਸਤੋ ਮਿਲ ਜੂਗੀ ਤੁਹਾਨੂੰ। ਹਾਂ ਨਾ, ਜਿਹੜੀ ਇੱਕ ਇੱਧਰ ਇੱਕ ਹੋਰ ਨਾ ਕੇ ਦਿਖਾਉਂਦੇ ਤੁਹਾਨੂੰ, ਇਹ ਵੀ ਜਰਸੀ ਆ ਗਈ ਆ, ਕ੍ਰੋਸ ਜੇ ਅੰਗ ਦੇ ਵਿੱਚ ਸ਼ੇਰੀ ਕਲਰ ਆ ਦੋਸਤੋ। ਹਾਂਜੀ ਹਾਂਜੀ, ਸ਼ੇਰਾ ਕਲਰ ਆ ਤੇ ਫਿਲਹਾਲ ਕ੍ਰੋਸ ਅੰਗ ਦੇ ਵਿੱਚ ਜਰਸੀ ਦਾ ਪੱਖ ਵੀ ਹੈਗਾ ਇਸ ਬੈਡ ਦੇ ਵਿੱਚ ਤੇ ਗੁੰਦੀ ਪਈ ਹੈ ਪੂਰੀ। ਠੀਕ ਆ, ਵਜਨ ਵੱਟਾ ਪੂਰਾ, ਲੋਡ ਦੂੜ ਪੂਰਾ। ਠੀਕ ਆ ਜੀ, ਤੇ ਇਹ ਦੂਜਾ ਸੂਹਾ ਸੁਣਦੀ ਹੈ, ਇਹ ਦੂਜਾ ਸੂਹਾ ਸੋਹਣਾ ਇਹਨੇ। ਹਾਂਜੀ ਹਾਂਜੀ, ਟਾਈਮ ਕਿੰਨਾ ਹਜੇ ਹੀਰੇ? ਟਾਈਮ ਦਿਨ ਪੂਰੇ ਆ ਤੇ ਦਿਨ ਭਾਵੇਂ 4 ਲੈ ਜੇ ਭਾਵੇਂ 5 ਲੈ ਜੇ, ਉੱਪਰ ਹੀ ਲੈ ਕੇ ਜਾਣ ਦੀ ਸੁਭਾਅ। ਹਾਂਜੀ ਹਾਂਜੀ, ਦਿਨ ਪੂਰੇ ਭਾਜੀ ਉਹਨਾਂ ਆਖਿਆ। ਦੂਜਾ ਸੂਹਾ ਦੋਸਤੋ, ਬਾਕੀ ਵੇਖੋ ਕਲਰ ਬੜਾ ਡਿਫਰੈਂਟ ਜਿਹਾ, ਬੜਾ ਪਿਆਰਾ ਕਲਰ ਆ ਵਿੱਚ, ਜਿਵੇਂ ਸ਼ੇਰਾ ਕਲਰ ਆਪਾਂ ਦੇਖਦੇ, ਸ਼ੇਰੀ ਕਲਰ ਦੇਖਦੇ ਆ ਉਹਦੇ ਵਿੱਚ ਆ, ਤੇ ਅੰਗ ਜਿਹੜਾ ਜਰਸੀ ਦੇ ਵਿੱਚ ਵੀ ਕ੍ਰੋਸ ਮੰਨ ਸਕਦੇ ਹੋ ਤੁਸੀਂ। ਠੀਕ ਆ, ਤੇ ਕੰਬੀਨੇਸ਼ਨ ਜਿਹਾ ਹੈਗਾ ਦੋ ਕਲਰ ਦਾ, ਵਾਈਟ ਤੇ ਸ਼ੇਰੀ ਕਲਰ ਦੇ ਵਿੱਚ ਗ੍ਰੇ ਕਲਰ। ਠੀਕ ਆ, ਬਾਕੀ ਥਣ ਥੁਣ ਬੜੇ ਵਧੀਆ ਤੇ ਤਿੱਪਣਾ ਇਹਨਾਂ ਵਧੀਆ ਹੀ ਆ, ਤਿੱਪਣ ਵਧੀਆ, ਤਿੱਪਣ ਵਧੀਆ। ਠੀਕ ਆ ਜੀ, ਤਿੱਪਣੇ ਇੱਕ ਨੰਬਰ ਆ। ਉਹ ਦੱਸੋ ਵੈਸੇ ਆਲਮੋਸਟ ਕਿੰਨੇ ਆਉਣਾ ਵੀਰ ਆਪ ਦੀ ਤਿੱਪ ਕੇ ਖੜੇ? ਵੈਸੇ ਹੀਰੇ ਉਹ ਤਾਂ ਆਪਾਂ ਹਰ ਵਾਰੀ ਕਹਿੰਦੇ ਆ, ਚਲੋ ਵੀ ਚਲੋ ਇਹਨਾਂ ਵੀ ਕਈ ਦਾ ਦੂਰ ਨੇੜੇ ਉਹ ਭਰਾ ਗਏ, ਉਵੇਂ ਤਾਂ ਬੰਦੇ ਸੌਦਾ ਹੀ ਕਰ ਲੈਂਦੇ ਆ। ਹਾਂਜੀ ਹਾਂਜੀ, ਨਹੀਂ ਤਿੱਪਣੇ ਇੱਕ ਨੰਬਰ ਆ, ਥਾਣਾ ਤੋਂ ਦਿਖਾਈ ਦੀ ਪੂਰੀ ਓਕੇ ਰਿਪੋਰਟ। ਹਾਂ, ਤਿੱਪਣੇ ਇੱਕ ਨੰਬਰ ਆ। ਠੀਕ ਆ, ਕਈ ਯਾਰ ਆਨਲਾਈਨ ਵੀਰ ਮੰਗਾ ਲੈਂਦੇ ਆ, ਬਿਲਕੁਲ ਤਿੱਪਣ ਦੀ ਕੋਈ ਗੱਲ ਨਹੀਂ, ਬਾਤ ਨਹੀਂ। ਉਹ ਦੱਸੋ ਬਾਕੀ ਥਾਣ ਚੱਡਾ ਆ ਤੁਹਾਡੇ ਸਾਹਮਣੇ ਆ, 4 ਥਾਣ ਆ, ਝੋਲਾ ਝਲਾ ਕਾਫੀ ਆ ਥੱਲੇ ਕਰਮਾਲੀ ਨੂੰ ਲੱਗਾ ਤੇ ਦਿਨ ਹਜੇ ਕੋਈ 4 ਲੈ ਜੇ 5 ਲੈ ਜੇ, ਵੈਸੇ ਤਿਆਰੀ ਹੋ ਸਕਦਾ ਵੀ ਕੰਪਲੀਟ ਕਰੀ ਖੜੀ ਹੋਵੇ ਤੇ 2 ਲੈ ਜੇ 4 ਲੈ ਜੇ 5 ਲੈ ਜੇ, ਜਿੰਨੇ ਵੀ ਲੈ ਜੇ ਦੋਸਤੋ ਇਹਦੇ ਲਈ ਚੰਗਾ, ਆਪਾਂ ਸਾਰਿਆਂ ਨੂੰ ਜਾਇਜ਼ ਕੀਤਾ। ਹਾਂਜੀ, ਇਹ ਵੀ ਦੋਸਤੋ ਬੈਡ ਜਿਹੜੀ ਤੁਹਾਨੂੰ ਆਪਾਂ ਦਿਖਾਉਣੀ ਹੈ ਬਿਲਕੁਲ ਜਾਇਜ਼ ਤੇ ਜੈਨੂਇਨ ਰੇਟ ਦੇ ਉੱਪਰ ਤੁਹਾਨੂੰ ਮਿਲ ਜਾਣੀ ਆ, ਬਿਲਕੁਲ ਭਾਅ ਪੜਤਾ ਛੋਟਾ। ਕੋਈ ਮੇਰਾ ਵੀਰ ਛੋਟਾ ਜ਼ਿਮੀਂਦਾਰ ਫਾਰਮਰ, ਠੀਕ ਹੈ ਜੀ, ਕੋਈ ਵੀ ਵੀਰ ਜਿਹੜੀ ਖਰੀਦਦਾਰੀ ਕਰ ਸਕਦਾ, ਥੋੜੇ ਪੈਸੇ ਲਾ ਕੇ ਵੀ ਕਈ ਵੀਰਾਂ ਨੇ ਕੰਮ ਚਲਾਉਣਾ ਹੁੰਦਾ, ਚਲੋ ਵਿੱਚ ਕਈ ਸਨ ਵਿਚਾਲੇ, ਕਈ ਵਾਰਾਂ ਵੀਰਾਂ ਦੇ ਪਸ਼ੂ ਪੁਸ਼ੂ ਸੂਣ ਵਾਲੇ ਵੀ ਹੁੰਦੇ ਆ, ਠੀਕ ਆ, ਉਹ ਵੀ ਤੁਸੀਂ ਜਿਹੜਾ ਇਸ ਬੈਡ ਨਾਲ ਸੌਦਾ ਕਰ ਸਕਦੇ ਜੀ। ਬਾਕੀ ਹਾਈਟ ਮੀਡੀਅਮ ਦੇ ਵਿੱਚ ਆ, ਪਲੀ ਗੁਲੀ ਪੂਰੀ ਆ, ਕੋਈ ਲੱਸੀ ਜਾਂ ਲਸੇਰੀ ਨਹੀਂ ਗੀ, ਬਹੁਤ ਸੋਹਣੀ ਦਿੱਖ ਆ, ਫੇਸ ਫੂਸ ਕੁਆਲਿਟੀ ਚੰਗੀ ਆ ਤੇ ਨਵੀਆਂ ਦੇ ਵਿੱਚ ਹੀ ਆਉਂਦੀ। ਠੀਕ ਆ ਜੀ, ਤੇ ਤੋਰਦੇ ਇੱਕ ਵਾਰੀ ਹੀਰੇ ਲੰਮੀ ਹੋਰ ਲਓ ਭਾਜੀ। ਠੀਕ ਆ ਜੀ, ਕਮਾਲ ਹੋ ਗਈ, ਚਲੋ ਠੀਕ ਹੈ ਜੀ, ਬੰਨ ਲਓ। ਵੀਰੇ ਕੀ ਮੁੱਲ ਵੀਰੇ, ਕੀ ਲੈਣ ਦਾ ਰਹੂਗਾ? ਕਿੰਨੇ ਦੀਆਂ? ਚਲੋ ਬੱਚੀਆਂ ਲੋਕੀ ਵੇਚ ਦਿੰਦੇ 40-40, 45-45 ਦੀਆਂ, ਆਪਾਂ ਮੁੱਲ ਹੀ ਉਹਨਾਂ ਕੇ ਕਰਨਾ, ਕਿੰਨੇ ਕਿ ਲੈ ਲੈਣੇ ਆ? ਹਾਂਜੀ ਹਾਂਜੀ, 40,000 ਮੁੱਲ ਕਰਦੇ ਆ ਦਾ। ਹਾਂਜੀ ਹਾਂਜੀ, ਜਾਇਜ਼ ਮੁੱਲ ਇਹੋ ਜਿਹੀਆਂ ਬੱਚੀਆਂ 40-40 ਦੀਆਂ, ਲੋਕੀ 45-45 ਦੀਆਂ ਵੇਚ ਜਾਂਦੇ ਆ, ਜਾਇਜ਼ ਮੁੱਲ। ਆਪਾਂ ਜਰਸੀ ਆ ਉਹ ਆਂਦੇ 14 ਕਿਲੋ ਦੁੱਧ ਪਹਿਲਾਂ ਸੁੱਕੇ ਕੱਢਿਆ ਤੇ ਗਾੜੀ ਦੇਣਾ ਪਾਏ ਦਾ, ਬਿਲਕੁਲ ਹਾਂ, ਉਹ ਜਾ ਕੇ ਸੁੱਕੀ ਤੂੜੀ ਤੇ ਕੋਈ ਬੰਦੂਗਾ ਤੇ ਫਿਰ ਇਹਨੇ ਕੀ ਦੇਣਾ? ਤੇ ਵੰਡਾ ਬੁੰਡਾ ਦਾ ਪੂਰਾ ਪੋਣਾ ਪਊਗਾ, ਸੇਵਾ ਕਰੂਗਾ ਤੇ ਦੁੱਧ ਦੇ ਜੂ, 14-15 ਕਿਲੋ ਕੀ ਜਾਂਦਾ ਇਹਨੂੰ? ਬਿਲਕੁਲ ਬਿਲਕੁਲ, ਜਿੱਡਾ ਥੱਲੇ ਝੋਲਾ ਤਿਆਰ ਕਰਨ ਦੇ ਹੀ ਕਰਮਾ। ਹਾਂਜੀ, ਠੰਡੀ ਆ, ਖੁੱਲਾ ਲੇਵਾ ਥੱਲੇ, ਖਾਲਾ ਖੁੱਲਾ ਬਹੁਤ ਆ, ਕੋਈ ਗੱਲ ਬਾਤ ਨਹੀਂ।
ਲਓ ਵੀ ਭਰਾਵੋ ਠੀਕ ਆ ਜੀ, ਕੋਈ ਸ਼ਟਾਕਲ ਜੀ ਨੀਗੀ, ਇਹੋ ਜੀ ਨੀ ਜਿੱਦਾਂ ਮਰਜ਼ੀ ਕੋਈ ਮੇਰਾ ਵੀਰ ਆਉਣ ਵਾਲੇ ਸਮੇਂ 'ਚ ਪੰਗਾ ਪਾਲੇ ਨਾ ਪਾਲੇ ਇੱਕ ਬਰਾਬਰ ਆ। ਹਾਂਜੀ ਹਾਂਜੀ, ਤੇ 40 'ਚੋਂ ਕਿੰਨਾ ਕੁ ਹੋਜੂਗਾ? 3,000 ਮਾਣ ਕਰ ਦਾਂਗੇ, 37,000 ਦੀ ਦੇ ਦਾਂਗੇ। 37 ਦੀ? ਹਾਂਜੀ ਹਾਂਜੀ, ਲਓ ਜੀ, ਵੇਚਣ ਵਾਲਾ ਵੀਰੇ ਲੈ ਜਾਊਗਾ ਤੇ ਤਾਂ ਵੀ ਨਫਾ ਦਿੰਦੀ ਆ। ਸਹੀ ਆ, ਤਾਂ ਹਾਂਜੀ, ਦੱਸੋ 37,000 ਦੀ ਇਹ ਤੁਹਾਨੂੰ ਮਿਲ ਜੂਗੀ, ਬੜੀ ਸਾਫ਼ ਸੁਥਰੀ ਆ, ਚੰਗੀ ਆ, ਜਿੱਦਾਂ ਸੋਹਣੀ ਮਰਜ਼ੀ ਵੈੜ ਕੋਈ ਆਪਣੀ ਤਿੱਪ ਕੇ ਤਸੱਲੀ ਮੇਰਾ ਵੀਰ ਕਰ ਲੇ, ਠੀਕ ਆ? ਹਾਂਜੀ ਹਾਂਜੀ, ਤੇ ਚੰਗੀ ਆ, ਜਿੰਨੀ ਵੀ ਕਰੋ ਉਨੀ। ਟਿੱਪਣ ਬਹੁਤ ਸਾਫ਼ ਆ। ਠੀਕ ਆ ਜੀ, ਹਾਂਜੀ ਹਾਂਜੀ, ਠੀਕ ਆ ਹੀਰੇ। ਅੱਗੇ ਆਪਣੇ ਕੋਲ ਜਿਹੜਾ ਆਹ ਨਾਗ ਆ ਗਿਆ ਡੱਬੀ ਵਿੱਚ, ਕ੍ਰੋਸ ਡੱਬੀ 6 ਮਹੀਨੇ ਦੀ ਗੱਭਣ ਆ, 6 ਮਹੀਨੇ ਦੀ ਗੱਭਣ ਆ। ਹਾਂਜੀ, ਡਰਾਈ ਕਰਤੀ ਦੱਦੋ, ਡਰਾਈ ਹੋ ਗਈ ਆ, ਠੀਕ ਆ। ਹਾਂਜੀ ਹਾਂਜੀ, ਐ ਡਰਾਈ ਵਧੀਆ ਥਣ ਥਣ ਪ੍ਰੋਪਰ ਚੱਲਦੇ ਛੱਡੇ? ਹਾਂ, ਚੱਲਦੇ ਚੱਲਦੇ ਪੂਰੇ, ਆਪਦੀ ਚੱਲ ਤਸੱਲੀ ਕਰੇ ਕੋਈ। ਸਹੀ ਹੈ ਜੀ, ਦੱਸੋ ਦੁੱਧੋਂ ਡਰਾਈ ਕਰਤੀ ਆ, ਫੋਨ ਹੀ ਕੀਤੀ ਆ, 7 ਮਹੀਨੇ ਕੰਪਲੀਟ ਹੋ ਗਏ, 7ਵਾਂ ਲੱਗਾ। ਹਾਂਜੀ, 7 ਮਹੀਨੇ ਹਲੇ 2-4 ਦਿਨ ਘੱਟ ਹੋਣਗੇ 7ਵੇਂ ਮਹੀਨੇ ਦੇ। ਹਾਂਜੀ, 2-4 ਦਿਨ ਘੱਟ ਆ। ਠੀਕ ਹੈ ਜੀ, 5-6 ਤਰੀਕ ਨੂੰ ਲੱਗਣਾ, 5-6 ਤਰੀਕ ਨੂੰ। ਠੀਕ ਆ, ਹਾਂਜੀ ਬੋਲਦੇ ਹੀਰੇ। ਸੁਬਾਹ ਤੀਜਾ ਕੋ ਕੇ ਸੂਗੀ, ਕਹਿ ਨਹੀਂ ਕਹਾ ਸਕਦਾ, ਦੂਜਾ ਵੀ ਤੀਜਾ ਵੀ, ਉਹ ਆਦੇ ਪਹਿਲਾ ਤੇ ਦੂਜੇ ਸੁਣਦੀ ਆ, ਹੁਣ ਗਾਂ ਦੂਜੇ। ਹਾਂਜੀ, ਦੂਜੇ ਆ, ਚਲੋ ਅੱਗੇ ਸਮਝ ਆ ਕਿਸੇ ਦੀ। ਹਾਂਜੀ, ਦੂਜੇ ਸੁਣ ਦੋਸਤੋ, ਮੰਨ ਲੈ ਵੀ ਮੂੰਹ ਛੱਗੀ ਆ, ਮੂੰਹ ਮੂੰਹੋਂ ਛੱਗੀ ਆ, ਕੰਨੀ ਵਾਲੇ ਦੰਦ ਖੜੇ ਆ, ਕੱਟ ਗਈ ਆ, ਨਹੀਂ ਚਿੱਟ ਤੇ ਆ। ਹਾਂ, ਹੈਗੇ ਆ। ਅੱਛਾ ਅੱਛਾ, ਹਾਂਜੀ ਖੜੇ ਆ ਦੰਦ ਫਿਰ। ਹਾਂਜੀ ਹਾਂਜੀ, ਉਹ ਦੱਸੋ ਫਿਰ ਆਪਾਂ ਨੂੰ ਅੰਦਾਜ਼ਾ ਲਾ, ਇੱਥੇ ਡੰਗਰ ਕਈ ਯਾਰ ਬਾਈ ਦੇਣੀ ਤਾਂ ਦੇ ਦੇਣੀ ਆ। ਬਿਲਕੁਲ ਬਿਲਕੁਲ, ਡਿਵਾਈਡ ਪੈਸੇ ਡਬਲ ਕਰਦੀ ਇਸ ਤਰ੍ਹਾਂ। ਬਿਲਕੁਲ, 7 ਮਹੀਨਿਆਂ ਦੀ ਦੋਸਤੋ ਇਹ ਗੱਭਣ ਆ, ਵੈਸੇ 2-4 ਦਿਨ ਹਜੇ ਬਾਕੀ ਆ, ਸੋਗਾ ਮਹੀਨਾ ਲੱਗਣਾ, 6 ਦੀ ਗੱਭਣ ਆ, 6 ਦੀ ਗੱਭਣ। ਹਾਂ, 7ਵਾਂ ਲੱਗ ਗਿਆ ਨਾ, ਝੂਠ ਗਿਆ ਮਾਰਨਾ ਆਪਾਂ। ਨਹੀਂ ਨਹੀਂ, ਮੈਂ ਕਿਹਾ ਸੁਣ ਦੇ ਵਿੱਚ ਨਾ ਕਿਤੇ ਗਲਤ ਮਿਸਟੇਕ ਹੋ ਜੇ, ਫਿਰ ਜਦੋਂ ਨੇੜੇ ਆਉਂਦਾ ਸੁਣਦਾ ਵੀਰ ਕਹਿੰਦਾ ਵੀ ਯਾਰ ਮਹੀਨਾ ਉੱਤੇ ਲੈ ਗਈ ਹਨਾ, ਉਹ ਗਲਤੀ ਪਹਿਲਾਂ ਹੀ ਆਪਣੀ ਦੱਸਿਆ ਨਾ ਆਪਾਂ, ਉਹ ਦੱਸਣਾ ਚੈੱਕ ਆਪਾਂ ਕਰਾਈਆ, ਅਗਲਾ ਫੇਰ ਕਰਾ ਛੜੇ। ਆਓ ਜੀ, 7ਵਾਂ ਮਹੀਨਾ ਦੋਸਤੋ ਲੱਗਣਾ ਹੈ, 6 ਮਹੀਨੇ ਦੀ ਜਿਹੜੀ ਇਹ ਗੱਭਣ ਆ, ਚੈੱਕ ਪਾਸ ਆ। ਦੂਜੇ ਸੂਬੇ ਕੋਈ ਵੀਰ ਮੰਨ ਲਏ, ਕਿਉਂਕਿ ਜੇ ਛਿੱਗੀ ਆ ਤੇ ਕੋਈ ਵੀਰ ਸਮਝ ਲਏ ਵੀ ਚਲੋ ਦੂਜਾ ਸੂਬਾ ਇਹਨੇ ਗਾਂ ਸੋਣਾ, ਤੇ ਦੁੱਧੋਂ ਡਰਾਈ ਹੈ, ਠੀਕ ਆ ਜੀ, ਦੁੱਧੋਂ ਬਿਲਕੁਲ ਭੱਜੀ ਆ, ਡਰਾਈ ਕੀਤੀ ਆ। ਸਾਹਮਣੇ ਵਾਲੀ ਬੱਚੀ ਕੋਈ ਗੱਲ ਨਹੀਂ, ਇਹਨਾਂ ਨਾਲ ਇਹਨੇ ਗਰਮੀ ਮਨਾਉਣੀ ਆ। ਹਾਂ, ਕਿੱਥੇ ਮਰਜ਼ੀ ਖਿਲਾਰ ਲਾ, ਠੰਡੀ ਆ, ਲੜਾਂਗੇ ਬੱਚੀ। ਹਾਂ, ਦੁੱਧ 14-15 ਕਿਲੋ ਕੱਢਦੀ ਰਹੀ ਜਾਂਦੇ। ਠੀਕ ਆ ਬਈ, ਹਾਂਜੀ ਹਾਂਜੀ, ਅਸੀਂ ਕਿੱਥੇ ਮਰਜ਼ੀ ਬਹਿ ਜਾਓ, ਕੋਈ ਗੱਲਬਾਤ ਨਹੀਂ। ਲਓ ਜੀ, ਤਹਿਸੀਲ ਸਭ ਪੂਰੀ ਆ, ਠੀਕ ਆ ਜੀ, ਕੋਈ ਉਦਾਂ ਦੇ ਨਹੀਂ ਹੈਗੀ ਕਿ ਵੀ ਗੱਭਣ ਆ ਕੋਈ ਵੀਰ, ਆਪੀ ਇੱਥੇ ਚੈੱਕ ਕਰਾ ਕੇ, ਚੈੱਕ ਵੀ ਕਰਾਉਣਾ ਚਾਹੁੰਦਾ ਤਾਂ ਜ਼ਰੂਰ ਮੈਂ ਨਾ ਵੀ ਆਪਣੀ ਚੈੱਕ ਕਰਾ ਕੇ ਚੀਜ਼ ਲੈ ਕੇ ਜਾਇਆ ਕਰੋ। ਹਾਂਜੀ ਹਾਂਜੀ, ਵਾਰ ਵਾਰ ਦੋਸਤੋ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਰਿਕੁਐਸਟ ਕਰਦੇ ਹੁੰਦੇ ਆ, ਜਿਹੜਾ ਯਾਰ ਬੱਚੀ ਆਪਾਂ ਜ਼ਿਆਦਾ ਨਹੀਂ ਕਹਿੰਦੇ, 40,000 ਦੀ ਬੱਚੀ ਆਪ ਭਾਵੇਂ ਲੈ ਲਾਂਗੇ। ਨਹੀਂ, ਅਕਸਰ ਏਡਾ ਪਸ਼ੂ ਫਿਰ 40,000 ਤੋਂ ਬਾਹਰ ਵੀ ਹੋ ਸਕਦਾ ਮੌਕੇ ਤੇ, ਉਹ ਤਰ੍ਹਾਂ ਕਿਉਂਕਿ ਥੱਲੇ ਕਰਮ ਵਾਲੀ ਗੀਰ ਤਾਂ ਕਿੰਨੀ ਕੁ ਬਣਦੀ ਆ, 45-50 ਦੀ ਵੇਚ ਸਕਦੀ ਆ। ਬਾਈ ਵੀ ਪੂਰੀ ਆ ਹੀਰੇ, ਪੂਛ ਮੜੀ ਕਰਿਓ ਸਾਈਡ ਤੇ, ਇੱਧਰ ਵੇਖ ਥਾਣ ਪੂਰਾ ਹੋਇਆ ਬਰਾਬਰ, ਪੂਛ ਮੜੀ ਕਰਿਓ ਹੀਰੇ ਸਾਈਡ ਤੇ, ਇੱਧਰ ਵੇਖ। ਹਾਂ ਲੋ, ਮੁੱਲ ਜਾਇਜ਼ ਪਾਇਆ ਇਹ, ਕਿਤੋਂ ਮੇਲਾ ਲੁੱਟਿਆ ਜਾਂਦਾ, ਲੁੱਟ ਲਿਆ ਅੱਜ, ਬਸ ਬਸ। ਠੀਕ ਆ ਹੀਰੇ ਬਾਈ, ਹਾਂਜੀ, ਤਾਂ ਦੱਸੋ ਇਹ ਰੇਟ ਆ ਬਿਲਕੁਲ 21,000 ਦੇ ਵਿੱਚ ਮਿਲ ਜਾਣੀ ਆ ਤੁਹਾਨੂੰ, ਬੜੇ ਸਾਫ਼ ਸੁਥਰੇ ਪਸ਼ੂ ਆ, ਜਿੰਨੇ ਵੀ ਆ ਦੋਸਤੋ ਰੇਟ ਪੜਤੇ ਦੇ ਅਕੋਰਡਿੰਗ ਵੀ ਜੇਕਰ ਆਪਾਂ ਦੇਖੀਏ ਤੇ ਬਹੁਤ ਵਧੀਆ, ਠੀਕ ਆ, ਤੇ ਐਨੀਮਲ ਚੰਗੇ ਆ, ਸੋ ਰੇਟ ਬਿਲਕੁਲ ਵਾਜਿਬ ਤੇ ਜਾਇਜ਼ ਆ। ਜਿਹੜੇ ਵੀਰ ਨੂੰ ਵੀ ਐਨੀਮਲ ਜਿਹੜਾ ਵੀ ਪਸੰਦ ਆਊਗਾ, ਤੁਸੀਂ ਪਿੰਡ ਵਿਜਿਟ ਕਰਕੇ ਤਸੱਲੀ ਕਰਿਓ, ਜਿੰਨਾ ਦੁੱਧ ਦੱਸਿਆ, ਜਿਹੜਾ ਕੋਈ ਬੋਲਾ ਦੱਸਿਆ, ਕੱਚਾ ਬੋਲਾ ਦੱਸਿਆ, ਠੀਕ ਆ ਜੀ, ਜਿਹੜੀ ਕੋਈ ਤਿੱਪਣ ਦੱਸੀ ਆ, ਆਪਦੀ ਪੂਰੀ ਤਸੱਲੀ ਕਰੋ, ਆਪਾਂ ਹਰ ਵਾਰ ਕਹਿੰਦੇ ਹਾਂ ਕਿਉਂਕਿ ਵਪਾਰ ਦਾ ਕੰਮ ਆ, ਆਪਣੀ ਤਸੱਲੀ ਅੱਗੋਂ ਓਨਰ ਕਰਕੇ ਲੈ ਕੇ ਆਉਂਦੇ ਆ, ਅੱਗੋਂ ਜਿਹੜੇ ਵੀਰ ਨੇ ਪੈਸੇ ਲਾਉਣੇ ਆ, ਆਪਣੀ ਤਸੱਲੀ ਜ਼ਰੂਰ ਕਰੋ, ਠੀਕ ਆ ਵੀਰੇ। ਇੱਕ ਨੰਬਰ ਮੇਰਾ ਵੀਰ ਬੋਲਦੇ ਯਾਰ, 95-013-44-113। ਠੀਕ ਹੈ ਭਰਾ, ਹਾਂਜੀ ਹਾਂਜੀ, ਤਾਂ ਦੱਸੋ ਇਹ ਨੰਬਰ ਵੀਰ ਹੀਰੇ ਦਾ ਸਕਰੀਨ ਦੇ ਉੱਪਰ ਚੱਲ ਰਿਹਾ, ਨੰਬਰਾਂ 'ਤੇ ਤੁਸੀਂ ਕਾਲ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।